ਸਤਿ ਸ਼੍ਰੀ ਅਕਾਲ ਨਮਸਕਾਰ ਔਰ ਆਜ ਹਮ ਯਹਾਂ ਪਰ ਜੋ ਮੇਰੇ ਪੇੜ ਪੌਦੇ ਹੈ ਛੋਟੇ ਹੈ ਲਾਸਟ ਈਅਰ ਲਗਾਏ ਥੇ ਤੋ ਅਭੀ ਗਰੋਹ ਹੋ ਰਹੇ ਉਸਕੇ ਲੀਏ ਪਾਣੀ ਦੇ ਰਹੇ ਹੈ ਔਰ ਪਾਣੀ ਦੇਣਾ ਬਹੁਤ ਜ਼ਰੂਰੀ ਹੈ ਔਰ ਕਿਉਂਕਿ ਹਮਨੇ ਲਾਸਟ ਈਅਰ ਕਸਮੇ ਖਾਈ ਹੈ ਕਿ ਵੀ ਹਮ ਆਪਣੇ ਜੋ ਘਰ ਕੇ ਇਰਦ ਗਿਰਦ ਔਰ ਆਪਣੇ ਆਂਗਣ ਮੇ ਇੱਕ ਪੌਦਾ ਜ਼ਰੂਰ ਲਗਾਏਗੇ ਤਾਂ ਕਿ ਹਮ ਇੱਕ ਪਰਿਆਵਰਨ ਕੋ ਬੜਾਵਾ ਮਿਲੇਗਾ ਕਿਉਂਕਿ ਅਗਰ ਦਿਖਾ ਜਾਏ ਜੈਸੀ ਇਹ ਆਫਤ ਆ ਰਹੀ ਹੈ ਆਜ ਕੀ ਡੇਟ ਪੇ ਕਰੋਨਾ ਮਹਾਮਾਰੀ ਜੋ ਇਹ ਚੱਲ ਰਹੀ ਹੈ ਇਹ ਬਸ ਕੁਦਰਤ ਕੇ ਖੇਲ ਹੈ ਇਹ ਜਬ ਹਮ ਨੇਚਰ ਕੇ ਸਾਥ ਗਲਤ ਕਰੇਂਗੇ ਨੇਚਰ ਸੇ ਹਮ ਉਲਟੇ ਚੱਲੇਂਗੇ ਤਬ ਤੱਕ ਇਸਕੇ ਜੋ ਪਰਿਣਾਮ ਹੈ ਉਹ ਵੀ ਉਲਟੇ ਹੀ ਹੋਏਗੇ ਜੈਸੇ ਆਜ ਕੱਲ੍ਹ ਕਿਸੇ ਕੋ ਵੀ ਮਾਲੂਮ ਨਹੀਂ ਥਾ ਕਿ ਵੀ ਅਜੇ ਕਰੋਨਾ ਵਾਇਰਸ ਵੀ ਕੋਈ ਚੀਜ਼ ਹੈ ਜਿਸਨੇ ਮੰਨ ਲਓ ਇੱਕ ਮੰਦਿਰ ਗੁਰਦੁਆਰੇ ਮਸਜਿਦ ਚਰਚ ਜਬ ਕੋਈ ਦਿੱਕਤ ਆਤੀ ਥੀ ਹਮ ਮੰਦਿਰ ਚਰਚ ਗੁਰਦੁਆਰੇ ਪੇ ਮਸਜਿਦ ਜਾਤੇ ਥੇ ਹਮ ਲੇਕਿਨ ਉਸਨੇ ਹਮਾਰੇ ਕੋ ਦੂਰ ਕਰ ਦੀ ਆਜ ਕੀ ਡੇਟ ਪੇ ਬਿਲਕੁਲ ਕੱਲਾ ਰੱਖ ਦੀ ਹੈ ਤੋ ਇਹ ਕੁਦਰਤ ਕਾ ਖੇਲ ਦੇਖੋ ਔਰ ਕੋਈ ਆਪਕਾ ਕੋਈ ਸੱਕਾ ਹੈ ਭਾਈ ਭਾਈ ਸੇ ਮਿਲ ਨਹੀਂ ਸਕਤਾ ਆਜ ਕੇ ਡੇਟ ਮੇ ਕਿਉਂਕਿ ਇਹ ਕੁਦਰਤ ਕੇ ਖੇਲ ਹੈ ਸੋ ਦੋਸਤੋ ਮੇਰੀ ਇਹ ਕਿ ਨਿਵੇਦਨ ਹੈ ਸਭੀ ਸੇ ਹੀ ਕਿ ਆਪ ਲੋਕ ਘਰ ਪੇ ਬੈਠੇ ਰਹੀਏ ਜੋ ਨੇਚਰ ਚੀਜ਼ ਹੋਤੀ ਹੈ ਕੁਦਰਤ ਚੀਜ਼ ਬਣਾਈਏ ਜੋ ਪੇੜ ਪੌਦੇ ਔਰ ਇਸਕੇ ਕਭੀ ਵੀ ਐਂਗਸ ਨਹੀਂ ਜਾਈਏ ਜਬ ਜਬ ਹਮ ਨੇਚਰ ਕੇ ਐਂਗਸ ਜਾਏਂਗੇ ਤਬ ਤੱਕ ਇਹ ਮਤਲਬ ਇਸਕੇ ਬੁਰੇ ਨਤੀਜੇ ਨਿਕਲਤੇ ਰਹੇਗੇ ਸੋ ਦੋਸਤੋ ਆਜ ਮੈਂ ਯਹਾਂ ਪਰ ਹੂੰ ਪੇੜ ਪੌਦੇ ਕੋ ਪਾਣੀ ਡਾਲ ਰਹਾ ਹੂੰ ਮੈਂ ਚਾਹਤਾ ਹੂੰ ਕਿ ਆਪ ਵੀ ਡਾਲੀਏ ਔਰ ਘਰ ਕਾ ਜੋ ਸਰਕਾਰ ਕਾ ਜੋ ਲੋਕਡਾਊਨ ਹੈ ਉਸਕੀ ਗਾਈਡਲਾਈਨ ਕਾ ਪਾਲਨ ਕਰੀਏ ਔਰ ਸਹਿਯੋਗ ਕਰੀਏ ਕਿ ਤਾਂ ਕਿ ਮੰਨ ਲਓ ਹਮ ਜੋ ਇਹ ਕਰੋਨਾ ਕੀ ਚੇਨ ਹੈ ਤਾਂ ਕਿ ਹਮ ਇਸਕੋ ਤੋੜ ਸਕੇ ਔਰ ਇਸਸੇ ਜਲਦੀ ਸੇ ਜਲਦੀ ਹਮ ਇਸਸੇ ਨਿਕਲੇ ਔਰ ਮੇਰੀ ਇੱਕ ਸਰਕਾਰ ਸੇ ਗੁਜ਼ਾਰਿਸ਼ ਹੈ ਕਿ ਵੀ ਆਪ ਲੋਕਡਾਊਨ ਆਪ ਲੋਕੋ ਨੇ ਕਰ ਦਿਆ ਹੈ ਲੇਕਿਨ ਜੋ ਮਜ਼ਦੂਰ ਔਰ ਕਿਸਾਨ ਉਨਕਾ ਪਲੀਜ਼ ਉਨਕਾ ਧਿਆਨ ਰੱਖੀਏ ਸਬਸੇ ਜ਼ਿਆਦਾ ਜੋ ਆਜ ਕੇ ਡੇਟ ਪੇ ਜੋ ਪ੍ਰਭਾਵਿਤ ਹੋ ਰਹੇ ਹੈ ਉਹ ਮਜ਼ਦੂਰ ਔਰ ਕਿਸਾਨ ਤੋ ਮੈਂ ਚਾਹੂੰਗਾ ਕਿ ਆਪ ਲੋਕ ਸਭ ਲੋਕ ਇਨਕਾ ਧਿਆਨ ਰੱਖੇ ਤਾਂ ਕਿ ਮੰਨ ਲਓ ਹਮ ਇਸਸੇ ਹਮ ਇੱਕ ਜੋ ਮਜ਼ਦੂਰ ਹੈ ਹਮਾਰੇ ਕਿਸਾਨ ਹੈ ਤਾਂ ਕਿ ਕੋਈ ਲੋਕ ਭੁੱਖਾ ਨਾ ਸੋਏ ਇਸ ਦੇਸ਼ ਮੇ ਸੋ ਦੋਸਤੋ ਦੂਸਰਾ ਮੈਂ ਅੱਜ ਬਾਬਾ ਸਾਹਿਬ ਅੰਬੇਡਕਰ ਕੀ ਜਨਮ ਤਿਥੀ ਹੈ ਉਨਕੋ ਮੇਰੀ ਉਸ ਬਹੁਤ ਬਹੁਤ ਵਧਾਈ ਔਰ ਕਿਉਂਕਿ ਉਹਨੇ ਹਿੰਦੁਸਤਾਨ ਕਾ ਜੋ ਸੰਵਿਧਾਨ ਲਿਖਾ ਹੈ ਜਿਸਕੇ ਜੋ ਸਾਰਾ ਹਿੰਦੁਸਤਾਨ ਉਸਕੇ ਇਸ ਪੇ ਚੱਲ ਰਿਹਾ ਹੈ ਔਰ ਮੈਂ ਉਹ ਬਹੁਤ ਇੱਕ ਵਧਾਈ ਕੇ ਪਾਤਰ ਵੀ ਹੈ ਔਰ ਕਿਉਂਕਿ ਇਨ ਲੋਕੋ ਨੇ ਬਹੁਤ ਮਾਨ ਕਾਮ ਕੀਏ ਹੈ ਇਤਨੇ ਉਸ ਟਾਈਮ ਬੁੱਧੀਮਾਨ ਇਤਨੇ ਪੜ੍ਹੇ ਲਿਖੇ ਲੋਕ ਔਰ ਉਨਕੋ ਮੈਂ ਉਨਕੀ ਜੋ ਜਨਮ ਤਿਥੀ ਹੈ ਉਨਕੋ ਬਹੁਤ ਬਹੁਤ ਵਧਾਈ ਦਿੱਤਾ ਹੂੰ ਔਰ ਸਭੀ ਕੋਈ ਮੈਂ ਚਾਹਤਾ ਹੂੰ ਕਿ ਭਈ ਆਪ ਲੋਕ ਜੋ ਹਮਾਰਾ ਸੰਵਿਧਾਨ ਹੈ ਉਸਕੇ ਆਧਾਰ ਪੇ ਕਾਮ ਕਰੇ ਔਰ ਤਭੀ ਹਮਾਰਾ ਦੇਸ਼ ਤਰੱਕੀ ਕਰ ਸਕਤਾ ਹੈ ਜੈ ਹਿੰਦ ਜੈ ਭਾਰਤ